Cure mele pe Oșelu! Banda gara între falbai, e dar rolu cu prălui mășină arga. Grio de mare o pace, jase de gmodi! ਕਹਿੰਦੇ ਭਾਨੇ ਪਿੰਡ ਦਾ ਪਹਿਲੀ ਕਬੱਡੀ ਪਾਉਂਦਣੀ ਕਹਿੰਦੇ ਬਾਤਾ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਕੰਨੀ ਦੇ ਉੱਪਰ ਕਹਿੰਦੇ ਸ਼ੀਲੂ ਲੱਗਿਆ ਹੋਇਆ ਦੂਜੀ ਕੰਨੀ ਦੇ ਉੱਪਰ ਉਹ ਬੇਨੜੇ ਵਾਲਾ ਕਹਿੰਦੇ ਨਿੰਦੀ ਲੱਗਿਆ ਹੋਇਆ ਚਰਚੇ ਨੇ ਮੁੰਡਿਆਂ ਦੇ ਕਹਿੰਦੇ ਦੁਨੀਆ ਭਰ ਦੇ ਵਿੱਚ ਮੇਰੇ ਮਿੱਤਰੋ ਦਾ ਸ਼ੀਲੂ ਪਹਿਲੀ ਰੇਡ ਦੇ ਉੱਪਰ ਕਹਿੰਦੇ ਕਰਾਉਂਦਾ ਹੋਇਆ ਖੜਕਾ ਦਾ ਸਭੋੜੀ ਵਾਲ ਸੁਨੇ ਪੇੜ ਕਹਿੰਦੇ ਕਗੜੀ ਉਹ ਗਗੜ ਕਹਿੰਦੇ ਢੋਲੀ ਦੀ ਧਰਤੀ ਦਾ ਬਾਟਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਕਿ ਜਿੰਨਾ ਚਿਰ ਕੌਡੀ ਵਿੱਚ ਪੈਂਦੇ ਨਹੀਂ ਭੜਾਕੇ ਉਹ ਉਹਨਾਂ ਚਿਰ ਆਉਂਦਾ ਨਹੀਂ ਸਵਾਦ ਮਿੱਤਰੋ ਇਹ ਰਾਜੇ ਖੇਲੇ ਜਦੋਂ ਵੱਡੇ ਮੱਲ ਭਿੜਦੇ ਫਿਰ ਦੂਰ ਦੂਰ ਤੱਕ ਸੁਣਦੀ ਆਵਾਜ਼ ਮਿੱਤਰੋ ਦੂਰ ਦੂਰ ਸੁਣਦੀ ਆਵਾਜ਼ ਮਿੱਤਰੋ ਸ਼ੀਲੂ ਨੇ ਕਹਿੰਦੇ ਬੱਲੇ ਬੱਲੇ ਕਰਾਤੀ ਤੇ ਅਗਲੀ ਕਬੱਡੀ ਖੋਲਣ ਦੇ ਪਾਤੀ ਉਹ ਪੁੱਲੋ ਵਾਲੀ ਦਾ ਕਬੱਡੀ ਪਾ ਰਿਹਾ ਕਹਿੰਦੇ ਜੀਤੇ ਵੱਲੋਂ 5000 ਰਵਿੰਦਰਪਾਲ ਬਾਈ ਮੁਬਾਰਕਾਂ ਨੇ ਉੱਪਰ ਕਹਿੰਦੇ ਪਿੱਲੂ ਜੀ ਪ੍ਰਧਾਨ ਦੇ ਉਹ ਧੰਨਵਾਦ ਆ ਸਾਰੇ ਭਰਾਵਾਂ ਦਾ ਉਹ ਭਰਾ ਕਹਿੰਦੇ ਸਾਡਾ ਵੀ ਇਹ ਸਾਡੇ ਬਾਹਰ ਲਿਆ ਦਾ ਵੇਲਾ ਚੱਲਦਾ ਉਹ ਸਾਡੇ ਬਾਹਰ ਲਿਆ ਦਾ ਵੇਲਾ ਉਹ ਸਾਡੇ ਬਾਹਰ ਲਿਆ ਦਾ ਮੇਲਾ ਚੱਲਦਾ ਇੱਧਰ ਸ਼ੀਲੂ ਸ਼ੀਲੂ ਨੀ ਕਹਿੰਦੇ ਅੱਜ ਬਖਸ਼ਦਾ ਕਿਸੇ ਨੂੰ ਸ਼ੀਲੂ ਨੇ ਕਹਿੰਦੇ ਧੰਨ ਧੰਨ ਕਰਵਾਤੀ ਵੱਡੇ ਮਾਣ ਦਿੱਤੇ ਜਾਣੇ ਹੈ ਦੀਪ ਦੀਆਂ ਅਗਲੀਆਂ ਰੇਟਾਂ ਦੇ ਉੱਪਰ ਵੱਡੇ ਮਾਣ ਪਿਆਰ ਦਿੱਤੇ ਦੀਪ ਦੀਆਂ ਪੇਪਰ ਰੇਟਾਂ ਤੇ ਅਵਤਾਰ ਹੌਸਰਾ ਤੇ ਅਮਨ ਹੌਸਰਾ 5000 ਦੇਣਗੇ ਦੀਪ ਦੀਆਂ ਪੇਪਰ ਰੇਟਾਂ ਤੇ ਉਹ ਰੇਟਾਂ ਪੈਂਦੀਆਂ ਜੱਸੇ ਲੱਗਦੇ ਸ਼ੀਲੂ ਲੱਗਦਾ ਧੁੰਦ ਦੀਦਾ ਕੋਈ ਨੀ ਪਰ ਲੱਗਦਾ ਸ਼ੀਲੂ ਹੈ ਸ਼ੀਲੂ ਇੰਦਰਪਾਲ ਬਾਈ ਚੂਪ ਕਰਕੇ ਵੇਖੀ ਦੱਸ ਤਾ ਬਾਈ ਸ਼ੀਲੂ ਹੈ ਨਾ ਸਹੀ ਹੈ ਕਹਿੰਦਾ ਸ਼ੀਲੂ ਹੈ ਜੱਗਾ ਬਾਈ ਕਹਿੰਦਾ ਚੂਪ ਕਰਕੇ ਗੱਲ ਇੰਦਰਪਾਲ ਕਹਿੰਦਾ ਪਾਲੇ ਦਾ ਸ਼ੀਲੂ ਵਰਗੇ ਚਾਰ ਨੇ ਚਾਰੇ ਕਹਿੰਦੇ ਤਿਆਰ ਬਾਰ ਤਿਆਰ ਨੇ ਸ਼ੀਲੂ 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 ਮੈਨੂੰ ਲੱਗਦਾ ਇੰਦਰਪਾਲ ਬਾਈ ਸ਼ੀਲੂ ਨੇ ਧੁੰਦਾ ਰੱਜ ਕੇ ਫਾਇਦਾ ਉਠਾਇਆ ਓਏ ਧੁੰਦਾ ਓ ਦੇਖੋ ਹੂਟਰ ਵੱਜਦਾ ਓ ਦੇਖੋ ਹੂਟਰ ਵੱਜਦਾ ਤੇ ਲੱਗਣ ਗਿਆ ਭਲੂਰ ਦੇ ਮੇਲੇ ਦੇ ਦੀ ਪ੍ਰਾਡ ਓ ਦਿਲੋਂ ਦਵਾਵਾਂ ਮੇਰੇ ਮਿੱਤਰੋ ਫਰਵਰੀ ਦਾ ਮਹੀਨਾ ਹੋਵੇਗਾ ਓ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਨੇ ਬੁਰੇ ਪਰ ਕਹਿੰਦੇ ਕੌਡੀ 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 ਓ ਪੈਂਦੀ ਆ ਕਬੱਡੀ ਕਮਾਲਪੁਰੇ ਦੇ ਮੇਲੇ ਤੇ ਸ਼ੀਲੂ ਬੰਦਾ ਕਹਿੰਦਾ ਇੰਦਰਪਾਲ ਬਾਈ ਇਹ ਤਾਂ ਰੋੜੀ ਕੁੱਟਣ ਵਾਲੀ ਮਸ਼ੀਨ ਵਰਗਾ ਆਓ ਕਹਿੰਦੇ ਗੱਲਾਂ ਟਿਕਾਣੇ ਮਾਨ ਸਿੰਘ ਆ ਗਿਆ ਆਹੋ ਮਾਨ ਸਿੰਘ ਕਹਿੰਦੇ ਮੁਬਾਰਕਾਂ ਦੇ ਰਹੇ ਆ ਜਿਨ੍ਹਾਂ ਨੇ ਹਾਕੀ ਦਾ ਨਾਮ ਵੀ ਐਲਾਨ ਕਰ ਦਿੱਤਾ ਜਿੰਨਾ ਮਰਜ਼ੀ ਰੱਖ ਦੇ ਆਓ ਕਹਿੰਦੇ ਕਸਰਾਂ ਕੱਢ ਦਾਂਗੇ ਇੱਧਰ ਗੋਪੀ ਬਾਈ ਕਹਿੰਦਾ ਦੀਪ ਵਾਲੇ ਫੈਸਲੇ ਬਾਕੀ ਦੇ ਆਓ ਸਾਹਮਣੇ ਕੰਨੇ ਵਾਲਿਆ ਹੁਣ ਤਾਂ ਐਵੇਂ ਹੀ ਭਾਵੇਂ ਜੇ ਕੋਈ ਨਹੀਂ ਦਿੱਤਾ ਕਹਿੰਦਾ ਕਰ ਸ਼ੀਲੂ ਨੇ ਫੜ ਲਿਆ ਬਾਕੀ ਤੇਰਾ ਰੋੜੀ ਕੁੱਟਣ ਵਾਲਾ ਲੱਗਦਾ ਤੇਰਾ ਰੋੜੀ ਕੁੱਟਣ ਵਾਲਾ ਹੀ ਲੱਗਦਾ ਸਾਹਮਣੇ ਦੀਦਾ ਤਾਂ ਕੁਝ ਨਹੀਂ ਉਹੀ ਆ ਉਹੀ ਆ ਉਹੀ ਆ ਤਨਵੀਰ ਬੋਬੀ ਕਹਿੰਦਾ ਪਟਾਕੇ ਵਾਲੇ ਵੀਰਾਂ ਨੂੰ ਬੇਨਤੀ ਆ ਪਟਾਕੇ ਚਲਾ ਦਿੱਤੇ ਜਾਣ ਹੈਲੋ ਹੈਲੋ ਇੱਕ ਮਿੰਟ ਜੀ